पर आने वाली गर्ल ब्रेकिंग न्यूज, इतने कोरोना वायरस में 4 बच्चे दिए एक पौधे ने, वो भी इतने 3 महीने सरवाइव करने के बाद। लॉकडाउन तो बाद कोरोना वायरस चली है। हेलो, तो काफ़ी लग रहा, ठंडा लग रहा है बाहर, काफ़ी गर्मी सी। सो आप चलते हैं ऑफिस वालों और आप कुछ अपडेट देंगे अज ऑफिस की, क्यों असं अज ऑफिस आए हैं कोरोना तो बाद, कोरोना तो बाद नहीं लॉकडाउन तो बाद क्यों आए हैं, तो मैं थोड़ा अपडेट दी रहूँगी। और लेट्स गो। सो फर्स्ट टाइम मैं मतलब आफ्टर कोरोना आके मतलब लॉकडाउन तो बाद अपना कैबिन खोल रही हूँ। लेट्स सी की होया मेरे अंदर की चेंजेस आ गए, कीड़े मकोड़े या तो नहीं आए गए, मतलब स्नेक्स आके रहने लग गए। सो वेलकम बैक टू माई, ओ यार मेरे तो लग रहा है मेरा किसी ने यूज किया लग रहा है, इधर तो कहीं बैठे होंगे तो करके है ना। शिट, मतलब कुछ कुछ नहीं होंगे इतना। और लेकिन मैं इससे बैठ के मे बी ये ठीक हो जाएगा, बट मैं उसको माफ नहीं करूंगी जिसने ये चीज़ की है। सो मैं उन्होंने लगभगी कौन सी है। सो अगर अगर बात है पौद्या वाल, पौधे देख दिया सिर्फ ए माय गॉड, एक मिनट की मिट्टी ना राजस्थान वागू वाइट वाइट हो पई है, वाइट वाइट हो गया। लेकिन कमाल की गल पता की है कि पौधा सरवाइव कर रहा है, मतलब इस इन्नी ज़्यादा क्षमता है पौधे के अंदर कि सरवाइव कर रहा है, और कितनी बड़ी गल है। और दूसरा पौधा मैं देख रही हूँ, ये लो जी ये आलमोस्ट गया मर, तो मैं तो ओए 1 2 3 4 ये बिना पानी तो 4 बच्चे हो गए, इस नवे पौधे आ गए। वाओ, सब तो हैरानी वाली गल, ब्रेकिंग न्यूज, इतने कोरोना वायरस में 4 बच्चे दिए एक पौधे ने, वो भी इतने 3 महीने सरवाइव करने के बाद। हिंदी नहीं निकल रही मेरी। सो विदाउट एनी डिले बंदे आ गए थे, फिर उसके बाद आप कंटिन्यू करते हैं। और इस 3 या 4 बच्चे, 1 2 1 2 3 4 4 बच्चे आ गए, वो भी विदाउट वाटर। मैंने तो काफ़ी फायदे वाली गल हो गई कि बिना पानी तो, बिना सनलाइट तो, बिना एयर तो जिंदा भी है, आलमोस्ट जिंदा ही है। हाँ देखो, हम मैं इसको पानी पूनी देवगी प्रॉपर, फिर ये ठीक हो जाएंगे और ये नवे बच्चे बड़े हो जाएंगे। और उसके बाद जो मेरे हेडफोन जो पे हैं
ਇਹ ਮੈਂ ਹਰੀਦਾ ਬਣਾਉਣਾ ਹੈ ਜੋ ਹਮੇਸ਼ਾ ਮੈਂ ਆਪਣੇ ਨਾਲ ਰੱਖਦੀ ਸੀ ਕਿ ਆਫਿਸ ਦੇ ਵਿੱਚ ਕਿਉਂਕਿ ਮੈਨੂੰ ਮੈਂ ਹਰੀਦੀ ਯਾਦ ਆਉਂਦੀ ਸੀ ਇਸ ਲਈ ਔਰ ਇੱਕ ਇਹ ਪਿਛਲੇ ਵਾਲੀ ਪ੍ਰੋਡਕਟ ਬੈਲਟ ਦਾ ਟੁਕੜਾ ਬਾਕੀ ਮੇਰੀ ਜਿਹੜੀ ਕਲੋਕ ਹੈ ਹਾਲੇ ਤੱਕ ਜ਼ਿੰਦਾ ਆ ਇਹ ਚੱਲਦੀ ਪਈ ਹੈ ਇਹ ਟਾਈਮ ਬਿਲਕੁਲ ਸਹੀ ਦੇ ਰਹੀ ਹੈ ਇਟ ਮੀਨਸ ਥੋੜ੍ਹਾ ਟਾਈਮ ਠੀਕ ਚੱਲ ਰਿਹਾ 12:30 ਹੋ ਗਿਆ ਪਤਾ ਨਹੀਂ ਮੈਂ ਘੜੀ ਲਗਾਈ ਨਹੀਂ ਕਿਉਂਕਿ ਮੇਰੀ ਜਿਹੜੀ ਘਰ ਵਾਲੀ ਘੜੀ ਰੁਕ ਚੁੱਕੀ ਹੈ ਪਰ ਇਹ ਚੱਲ ਰਹੀ ਹੈ ਦੈਟਸ ਗੁੱਡ ਔਰ ਉਸ ਤੋਂ ਬਾਅਦ ਮੇਰਾ ਪਹਿਲੇ ਇਹਨਾਂ ਨੇ ਆਈ ਥਿੰਕ ਨਾ ਕਲੀਨ ਕਰਕੇ ਨਾ ਇਹਨਾਂ ਨੇ ਸਾਰਾ ਸਮਾਨ ਇਕੱਠਾ ਕਰਾ ਦਿਆ ਸੀਗਾ ਹੋਟਲ ਪਿੱਛੇ ਡਿੱਗੀ ਪਈ ਸੀ ਕਿ ਮੇਰੀ ਬੋਟਲ ਸੀ ਤੇਰੀ ਬੋਟਲ ਕਿਹੜੀ ਸੀ ਮੇਰੀ ਬੋਟਲ ਇਹ ਸੀ ਸੋ ਮੇਰੇ ਦੇਖੋ ਸਮੈਲ ਤਾਂ ਨਹੀਂ ਆ ਰਹੀ ਹੁਣ ਸੋ ਇਹਦੇ ਅੰਦਰ ਹਲੇ ਤੱਕ 2-3 ਮਹੀਨੇ ਦੀਆਂ ਬੂੰਦਾਂ ਪਈਆਂ ਹੋਈਆਂ ਕਮਾਲ ਦੀ ਗੱਲ ਹੋਈ ਪਈ ਹੈ ਕਿ ਅੰਦਰ ਕੁਛ ਹੋਇਆ ਨਹੀਂ ਇਹਨੂੰ ਔਰ ਕੈਂਡਲ ਵੀ ਹਲੇ ਤੱਕ ਖਤਮ ਨਹੀਂ ਹੋਈ ਸੀਗੀ ਲੇਕਿਨ ਕਰੋਨਾ ਖਤਮ ਨਹੀਂ ਹੋ ਰਿਹਾ ਫਿਲਹਾਲ ਕਰੋਨਾ ਆਉਂਦਾ ਹੈ ਔਰ ਨੈਕਸਟ ਇੱਥੇ ਦੀ ਇਹਨਾਂ ਨੇ ਕਲੀਨ ਕੀਤਾ ਲੱਗਦਾ ਹੈਗਾ ਮੈਂ ਬੋਕਸਿਸ ਦੇਖਦੀ ਹਾਂ ਕਿ ਇਹ ਬੋਕਸਿਸ 'ਚ ਕੀ ਪਿਆ ਹੈਗਾ ਹੈ ਪਹਿਲਾਂ ਹੀ ਐਸੇ ਜਿਹੜੀ ਇਹ ਚਾਬੀ ਹੈ ਨਾ ਇਹ ਮੈਂ ਲਗਾ ਕੇ ਨਹੀਂ ਗਈ ਸੀਗੀ ਕਿਸੇ ਨੇ ਛੇੜੀ ਹੈ ਇਹਦੇ ਵਿੱਚ ਆਹ ਸਮਾਨ ਦਾ ਪਿਆ ਹੋਇਆ ਸਟਿਲ ਇਹਦੇ ਵਿੱਚ ਵੀ ਕੈਮਰਾ ਕੁਮਰਾ ਸਮਾਨ ਪਿਆ ਹੋਇਆ ਹੈ ਇੱਕ ਕਲੀਨਿੰਗ ਵਾਲਾ ਕੱਪੜਾ ਪਿਆ ਹੋਇਆ ਹੈ ਇਹਦੇ ਵਿੱਚ ਵੀ ਸਮਾਨ ਪਿਆ ਹੋਇਆ ਹਾਰਡ ਸੈਥੀ ਪਈ ਸੀ ਆਪਣੀ ਓ ਮਾਈ ਗੋਡ ਕੈਚਅਪ ਊ ਕਾਫੀ ਪੂਰੀ ਪੂਰੀ ਮੇਰੀ ਕਾਫੀ ਪਈ ਹੈ ਦਿਸ ਇਜ਼ ਅ ਜੈਕਪੋਟ ਗੋਡ ਨੈਸ ਕੈਫੇ ਇਹ ਪੀਵਾਂਗੇ ਆਪਾਂ ਇਹਦੀ ਐਕਸਪਾਇਰੀ ਕਦੋਂ 2019 ਸੀਗੀ ਮਤਲਬ ਬਣੀ ਸੀ ਸੋ ਇਹ ਸਾਰੀ ਅਪਡੇਟ ਸੀਗੀ ਮੇਰੇ ਕੈਬਿਨ ਦੀ ਕਰੋਨਾ ਵਾਇਰਸ ਤੋਂ ਬਾਅਦ ਕਿਉਂਕਿ ਵੈਸੇ ਮੇਰਾ ਮੇਨ ਇਹ ਸੀਗਾ ਮੈਂ ਦੇਖਣਾ ਚਾਹੁੰਦੀ ਸੀ ਕਿ ਜਿਹੜੇ ਮੇਰੇ ਮੈਨੂੰ ਪਲਾਂਟ ਥੋੜ੍ਹੀ ਫਿਕਰ ਸੀ ਕਿ ਪਲਾਂਟਸ ਨੂੰ ਕੁਛ ਹੋਇਆ ਤਾਂ ਨਹੀਂ ਹੈ ਲੇਕਿਨ ਉਸ ਹਿਸਾਬ ਨਾਲ ਪਲਾਂਟਸ ਆਰ ਗੁੱਡ ਜਿੰਦਾ ਆ ਸਰਵਾਈਵਡ ਹੈ ਔਰ ਇਹਦੇ ਤਾਂ ਬੱਚੇ ਵੀ ਹੋ ਗਏ ਚਾਰ ਪਿੱਛੋਂ ਦੀ ਦੇਖ ਲਓ ਚਾਰ ਬੱਚੇ ਕੱਟੇ ਜਾਣੇ ਉਹ ਥੋੜ੍ਹਾ ਸਰਵਾਈਵ ਕਰ ਰਿਹਾ ਮੈਂ ਤਾਂ ਪਾਣੀ ਪੂਣੀ ਦਊਂਗੀ ਉਸਨੂੰ ਥੋੜ੍ਹੇ ਫਰਟੀਲਾਈਜ਼ਰ ਪਾਊਂਗੀ ਉਸ ਉਹ ਠੀਕ ਹੋ ਜੂਗਾ ਔਰ ਹੁਣ ਮੈਂ ਇੱਥੇ ਕਿਉਂ ਆਈ ਹਾਂ ਅੱਜ ਐਕਚੁਅਲੀ ਕਰੋਨਾ ਵਾਇਰਸ ਜ਼ਿਆਦਾ ਫੈਲ ਰਿਹਾ ਤਾਂ ਮੈਨੂੰ ਸਮਝ ਨਹੀਂ ਲੱਗ ਰਹੀ ਹੈਗੀ ਕਿ ਉਹ ਮੈਂ ਫਿਆ ਲਾ ਦਿਆ ਹੋਇਆ ਪਿਗਮੈਂਟ ਅਤੇ ਕਿਸੇ ਹੋਰ ਨੇ ਯੂਜ਼ ਨਾ ਕੀਤਾ ਮੈਂ ਸੈਨੀਟਾਈਜ਼ ਕਰ ਦਿੰਦੀ ਹਾਂ ਸੋ ਹੁਣ ਯੂਜ਼ ਕਰਦੀ ਹਾਂ ਸੋ ਜਿੱਦਾਂ ਕਿ ਮੈਂ ਇਸ ਲਈ ਇੱਥੇ ਆਈ ਹਾਂ ਅੱਜ ਕਿਉਂਕਿ ਮੈਂ ਸੋਚ ਰਹੀ ਹਾਂ ਕਿ ਮੈਂ ਲੀਵ ਕਰਦਾ ਆਫਿਸ ਕਿਉਂਕਿ ਇੱਕ ਤਾਂ ਕਰੋਨਾ ਵਾਇਰਸ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਹੋਏ ਆ ਔਰ ਅਸੀਂ ਵਰਕ ਫਰੋਮ ਹੋਮ ਵੀ ਕਰ ਸਕਦੇ ਹਾਂ ਅਸੀਂ ਘਰ ਤੋਂ ਵੀ ਕੰਮ ਕਰਦੇ ਰਹਿੰਦੇ ਹਾਂ ਇਸ ਲਈ ਮੈਂ ਸੋਚਿਆ ਕਿ ਮੈਨੂੰ ਕਿਉਂ ਨਾ ਆਪਣਾ ਕੰਪਿਊਟਰ ਘਰ ਲੈ ਜਾਣਾ ਚਾਹੀਦਾ ਹੈ ਲੇਕਿਨ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਜਿਹੜੀ ਮੈਂ ਸਿਕਿਉਰਿਟੀ ਦਿੱਤੀ ਹੋਈ ਹੈ ਉਹ ਰਿਫੰਡੇਬਲ ਨਹੀਂ ਹੈ ਔਰ ਦੂਸਰਾ ਉਹਨੂੰ ਅਸੀਂ ਐਡਜਸਟ ਕਰ ਸਕਦੇ ਹਾਂ ਕਿ ਅਗਰ ਅਸੀਂ ਅਗਰ ਇੱਕ ਮੰਥ ਕੰਟੀਨਿਊ ਕਰਦੇ ਹਾਂ ਕਿ ਉਹ ਰੈਂਟ ਦੇ ਵਿੱਚ ਐਡਜਸਟ ਹੋ ਜਾਏਗੀ ਸਿਕਿਉਰਿਟੀ ਜਿਹੜੀ ਹੋਏਗੀ ਇਹਦਾ ਰਿਫੰਡ ਹੋਏਗੀ ਤਾਂ ਅਸੀਂ ਹੁਣ ਉਸ 'ਤੇ ਡਿਸਕਸ ਕਰਾਂਗੇ ਕਿ ਅਸੀਂ ਕੀ ਕਰਨਾ ਜਾਂ ਅਸੀਂ ਕਿਉਂਕਿ ਕੰਟੀਨਿਊਸ ਅਸੀਂ ਕਰਨਾ ਚਾਹੁੰਦੇ ਹਾਂ 2-3 ਮਹੀਨੇ ਬਾਅਦ ਚਾਹੇ ਜੋ ਵੀ ਸਿਚੁਏਸ਼ਨ ਠੀਕ ਹੋਏਗੀ ਉਹਨੂੰ ਲੇਕਿਨ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਅਸੀਂ ਕੀ ਕਰਾਂਗੇ ਜੋ ਵੀ ਅਸੀਂ ਹੁਣ ਡਿਸਕਸ ਕਰਾਂਗੇ ਉਸ ਸਮੇਂ ਕੋਵਿਡ ਸੀਜ਼ਨ ਹੋਏਗਾ ਮੈਂ ਤੁਹਾਨੂੰ ਵੀ ਦੱਸਾਂਗੀ ਕਿ ਮੈਂ ਆਪਣਾ ਕੰਪਿਊਟਰ 'ਚ ਲੈ ਕੇ ਜਾ ਰਹੀ ਹਾਂ ਘਰ ਜਾਂ ਨਹੀਂ ਸੋ ਦੇਖਦੇ ਰਹੋ ਤਾਂ ਕਿ ਤੁਹਾਨੂੰ ਪਤਾ ਲੱਗਾ ਸੋ ਮੈਂ ਪਾਣੀ ਭਰ ਕੇ ਲੈ ਕੇ ਆਈ ਹਾਂ ਮੈਂ ਪਾਣੀ ਭਰਨ ਲੱਗੀ ਹਾਂ ਆਪਣੇ ਪਿਆਰੇ ਪੌਦੋ ਮੇ ਥੋੜ੍ਹੇ ਜਿਹੇ ਨੂੰ ਵੈਸੇ ਸਾਨੂੰ ਸਨ ਲਾਈਟ ਤਾਂ ਮਿਲ ਹੀ ਗਈ ਹੋਣੀ ਕਿਉਂਕਿ ਖੁੱਲ੍ਹਾ ਹੀ ਸੀਗਾ ਇੱਦਾਂ ਕਰਦਾ ਮੈਂ ਨੀਚੇ ਕਰ ਲਈ ਹਾਂ ਦੁਬਾਰਾ ਤੋਂ ਸੋ ਜਿਹੜੇ ਇਹਨਾਂ ਕਿਤੇ ਹੁਣੇ ਪਾਣੀ ਪੀ ਗਈ ਨਾ ਮਰ ਜਾਣਗੇ ਤਾਂ ਕਿਤੇ ਖੁਸ਼ੀ ਨਾਲ ਪਾਣੀ ਮਿਲ ਗਿਆ ਕਿਤੇ ਉਹਦੀ ਖੁਸ਼ੀ 'ਚ ਨਾ ਮਰ ਜਾਣ ਵਿਚਾਰੇ ਪਰ ਇਹ ਕਮਾਲ ਦੀ ਗੱਲ ਇਹ ਹੋ ਗਈ ਹੈ ਕਿ ਮੈਨੂੰ ਹੈਰਾਨੀ ਹੈ ਕਿ ਇਹਨੇ ਮਤਲਬ ਇਸਦੀ ਮੈਂਟੇਨੈਂਸ ਇੰਨੀ ਜ਼ਿਆਦਾ ਈਜ਼ੀ ਹੈ ਮਤਲਬ ਕਿ ਜੇ ਤੁਸੀਂ ਅਗਲਾ ਲਗਾ ਵੀ ਲੈਂਦੇ ਆਪਾਂ ਇਨਡੋਰ ਪਲਾਂਟ ਇਹਨੂੰ ਇਹਨੂੰ ਕੁਛ ਨਹੀਂ ਹੋ ਸਕਦਾ ਮੈਨੂੰ ਪਤਾ ਲੱਗ ਗਿਆ ਇਸ ਲਈ ਮੈਂ ਇਨਡੋਰ ਜ਼ਿਆਦਾ ਜ਼ਿਆਦਾ ਇੱਕ ਮਿੰਟ ਦੇ ਨਾ ਇਨਡੋਰ ਜ਼ਿਆਦਾ ਤੋਂ ਜ਼ਿਆਦਾ ਇਹ ਚੱਲ ਕਿਉਂ ਨਹੀਂ ਰਿਹਾ ਕੰਪਿਊਟਰ ਇਨਡੋਰ ਵਿੱਚ ਜ਼ਿਆਦਾ ਜ਼ਿਆਦਾ ਇਹ ਵਾਲੇ ਪਲਾਂਟਸ ਲਗਾਉਣ ਦੀ ਕੋਸ਼ਿਸ਼ ਕਰੂੰਗੀ ਸੋ ਕਾਫੀ ਲੰਬੀ ਡਿਸਕਸ਼ਨ ਤੋਂ ਬਾਅਦ ਮੈਂ ਤੇ ਹੈਂਡ ਸੀਜ਼ਨ ਲਿਖਦਾ ਹੈ ਕਿ ਅਸੀਂ ਇਸ ਮੰਥ ਜਿਹੜਾ ਜੁਲਾਈ ਮੰਥ ਹੈ ਇਹਨੂੰ ਕੰਟੀਨਿਊ ਕਰਦੇ ਹਾਂ ਆਫਿਸ ਫਿਰ ਉਸ ਤੋਂ ਬਾਅਦ ਫਿਰ ਡਿਸਾਈਡ ਕਰਾਂਗੇ ਜੋ ਵੀ ਹਾਲਾਤ ਹੋਏ ਉਸਦੇ ਹਿਸਾਬ ਨਾਲ ਕਿ ਸਾਨੂੰ ਕੰਟੀਨਿਊ ਕਰਨਾ ਹੈ ਜਾਂ ਨਹੀਂ ਕਰਨਾ ਲੇਕਿਨ ਸਾਡਾ ਹੁਣ ਫਾਈਨਲ ਸੀਜ਼ਨ ਇਹ ਹੈ ਇਸ ਟਾਈਮ ਦਾ
कि असं सिर्फ जुलाई मंथ में कंटिन्यू कर रहे हाँ इस वक्त और इस महीने असं आते रहेंगे, लेकिन उस तो नैक्सट मंथ तो सू श्योर नहीं है कि असं की करा, उस तो बाद डिसीजन लवेंगे इस महीने कि असं नैक्सट मंथ ही करा, लेकिन असं डिसीजन हूँ लै चुके हैं। सो ये मेरा फाइनल डिसीजन है और मैं दोबारा तो इतने ही दोबारा इसी ही ऑफिस के अंदर होर भी लोग बनाती रहूँगी और मैं थोड़े होर भी अपडेट्स दूँगी, क्योंकि मैंने लगता है कि अच्छ कोई होर अपडेट देने वाली है, फिर आप अपडेट दूँगी और उस तो बाद आप मिलते रहेंगे इसी ऑफिस के अगेन और आप विलॉग बनाते रहेंगे। बाय बाय। ओहो काफ़ी इतने जाले भी लग गए हुए हैं साफ करने वाले, मैं सोचा सी अज कि मैं अपने पौधे लगे मैं सोचा कर देंगे मैं कितने रखूँगी इन्होंने पौधे को, लेकिन अगले महीने शायद मे बी इन्हों की वारी है ले जाने की, बट अज मैं आगे पता लगे कि मेरे को अच्छा ये भी सी ओ माई गॉड मैं काफ़ी खुश हो गई, और मेरे को कहते हैं की पैड कहें माउस पैड भी ना घेंट है हैरान, मैं खुद ही मैं भूल ही गई सी कि मेरे को की चीज़ है। चलो यानी हाँ दोबारा सैट करने अज अं वापस आ रहे हैं घर, लेकिन उसके बाद इन चला।